ਸਰਫਰੈਸ ਆਫਿਸ ਵਾਲਿਆਂ ਕੀ ਮਸਲਾ ਹੈ? ਅਤੇ ਮਿਤੀ 6/8/24 ਨੂੰ ਡੱਬੀ ਬਾਜ਼ਾਰ ਦੇ ਵਿੱਚ ਸ਼੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ਿਵਜੀ ਭੋਲੇ ਸ਼ੰਕਰ ਜੀ ਦੀ ਮੂਰਤੀ ਦੇ ਵਿੱਚ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ। ਇਹਦੇ ਸੰਬੰਧੀ ਪੰਡਿਤ ਧਰਿੰਦਰ ਜੀ ਨੇ ਸਾਡੇ ਕੋਲ ਜਿਹੜੀ FIR ਦਰਜ ਕਰਵਾਈ ਸੀ ਅਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਂਸੀਵਿਟੀ ਨੂੰ ਦੇਖਦੇ ਹੋਏ ਸਾਡੇ ਮਾਨਯੋਗ SSP ਸ਼੍ਰੀ ਅਸ਼ਵਨੀ ਗਟਿਆਲ IPS ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਕਿ ਵੀ ਜਿਹੜੀ 3 ਪਾਰਟੀਆਂ ਮੌਕੇ 'ਤੇ ਬਣਾ ਦਿੱਤੀਆਂ ਗਈਆਂ ਸੀ ਇਹਨੂੰ ਟੈਕਨੀਕਲੀ ਅਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ 2 ਮੁਲਜ਼ਮ ਕਾਬੂ ਕੀਤੇ ਆ। ਇੱਕ ਜਗਜੀਤ ਸਿੰਘ ਏਰੀਆ ਜੱਗੀ ਇਹ ਅੰਟਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ 2 ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ। ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗਿੱਲਾਂ ਵਾਲੀ ਛੱਪੜੀ ਦਾ ਰਹਿਣ ਵਾਲਾ ਹੈ ਇਹ 2 ਬੰਦੇ ਅਰੈਸਟ ਕਰਕੇ ਜਿਹੜੀ ਇਹਨਾਂ ਨੇ ਮੂਰਤੀ ਸ਼ਿਵਜੀ ਭੋਲੇ ਸ਼ੰਕਰ ਦੀ ਮੂਰਤੀ ਤੋਂ ਆਪਣੇ ਚਾਂਦੀ ਦੀ ਜਿਹੜੀ ਪੱਤਰੀ ਚੋਰੀ ਕੀਤੇ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟਰੇਸ ਕਰ ਲਿਆ ਗਿਆ। ਕਿੰਨੀ ਕੁ ਚਾਂਦੀ ਸੀ ਜਾਂਦੇ ਨੇ ਮੱਥਾ ਟੇਕਣ ਦੇ ਬਹਾਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਮਿਲਦਾ ਤੇ ਉੱਥੋਂ ਫਿਰ ਚੋਰੀ ਕਰ। ਇਹਦੀ ਹੁਣ ਚਾਂਦੀ ਦੀ ਕੋਸਟ ਵੀ ਦੇਖ ਲਓ 80-85 ਹਜ਼ਾਰ ਦੇ ਲੱਗੇ। ਪਹਿਲਾਂ ਇਹਨੇ ਇੱਕ ਤਾਂ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ ਉਹ ਤੋਂ ਬਿਨਾਂ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ ਜਿਹਦੇ ਸੰਬੰਧੀ ਆਲਰੇਡੀ 2 ਪਰਚੇ ਤੇ ਜਗਜੀਤ ਤੇ ਜਿਹੜਾ ਅੰਟਾਲਾ ਵਾਲਾ ਇਹਦੇ ਆਲਰੇਡੀ ਦਰਜ ਨੇ। ਇਹ ਅਪਰੋਕਸੀਮੇਟਲੀ ਸਵੇਰੇ 10:15 ਵਜੇ ਪੈਟੀ ਕ੍ਰਿਮੀਨਲ ਅਜੇ ਅੱਜ ਇਹਨਾਂ ਮਾਣ ਲਿਆ ਇਨਵੈਸਟੀਗੇਸ਼ਨ ਸਾਡੀ ਗੋਇੰਗ ਔਨ ਹੈ ਜੇ ਕੋਈ ਹੋਰ ਇਹੋ ਜਿਹੀ ਗੱਲ ਆਊਗੀ ਇਹਨਾਂ ਤੋਂ ਬਰਾਮਦ ਹੋਈ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਨਸ਼ੇ ਵਾਲੀ ਜੇ ਦੋਨੇ ਜਣੇ ਸੀ ਆਪਣਾ ਘਰ ਦਾ ਗੁਜ਼ਾਰਾ ਕਰਦੇ ਸੀ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਪਾਸੇ ਕਰਦੇ।